ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ 6ਵੀਂ ਜਮਾਤ ਵਿਸ਼ਾ ਸਮਾਜਿਕ ਸਿੱਖਿਆ ਪਾਠ ਨੰਬਰ 6 ਸਾਡਾ ਭਾਰਤ ਸੰਸਾਰ ਵਿੱਚ ਅੱਜ ਆਪਾਂ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਦੇਖਿਆ ਪ੍ਰਸ਼ਨਾਂ ਦਾ ਸੰਖੇਪ ਵਿੱਚ ਉੱਤਰ ਦਿਓ ਪ੍ਰਸ਼ਨ ਨੰਬਰ 1 ਕਿਹੜੀ ਅਕਸ਼ਾਂਸ਼ রেখা ਭਾਰਤ ਨੂੰ ਦੋ ਹਿੱਸਿਆਂ ਵਿੱਚ ਵੰਡਦੀ ਹੈ ਉਹਨਾਂ ਦੋ ਹਿੱਸਿਆਂ ਦੇ ਨਾਂ ਦੱਸੋ ਉੱਤਰ ਹੈਗੇ ਬੱਚਿਓ ਕਾਰਕਰೇಖਾ ਭਾਰਤ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡਦੀ ਹੈ ਦੱਖਣੀ ਹਿੱਸੇ ਨੂੰ ਊਸ਼ਣ ਖੰਡੀ ਅਤੇ ਉੱਤਰੀ ਹਿੱਸੇ ਨੂੰ ਉਪ ਊਸ਼ਣ ਖੰਡੀ ਕਿਹਾ ਜਾਂਦਾ ਹੈ ਅਗੇ ਹੈ ਬੱਚਿਓ ਪ੍ਰਸ਼ਨ ਨੰਬਰ 2 ਭਾਰਤ ਦੇ ਗੁਆਂਢੀ ਦੇਸ਼ਾਂ ਦੇ ਨਾਮ ਲਿਖੋ ਭਾਰਤ ਦੇ ਗੁਆਂਢੀ ਦੇਸ਼ ਕਿਹੜੇ-ਕਿਹੜੇ ਨੇ ਬੱਚਿਓ ਇੱਕ ਤਾਂ ਹੈਗਾ ਪਾਕਿਸਤਾਨ ਨੰਬਰ 2 ਅਫਗਾਨਿਸਤਾਨ ਨੰਬਰ 3 ਚੀਨ ਨੰਬਰ 4 ਨੇਪਾਲ ਨੰਬਰ 5 ਭੂਟਾਨ ਨੰਬਰ 6 ਬੰਗਲਾਦੇਸ਼ ਨੰਬਰ 7 ਸ਼੍ਰੀਲੰਕਾ ਨੰਬਰ 8 ਮੀਆਂ ਮਾਰ ਜਿਹਨੂੰ ਮਈਨ ਮਾਰ ਮਈਨ ਮਾਰ ਵੀ ਕਿਹਾ ਜਾਂਦਾ ਹੈ ਠੀਕ ਹੈ ਤੇ ਪ੍ਰਸ਼ਨ ਨੰਬਰ 3 ਗਲੋਬ ਤੋਂ ਭਾਰਤ ਦੀ ਅਕਸ਼ਾਂਸ਼ ਤੇ ਦੁਸ਼ਾਂਤਰ ਸਥਿਤੀ ਲਿਖੋ ਉੱਤਰ ਭਾਰਤ 8 ਡਿਗਰੀ 4 ਮਿੰਟ ਤੋਂ ਉੱਤਰ ਤੋਂ 37 ਡਿਗਰੀ 6 ਮਿੰਟ ਉੱਤਰ ਅਕਸ਼ਾਂਸ਼ ਅਤੇ 60 ਡਿਗਰੀ 7 ਮਿੰਟ ਪੂਰਬ ਤੋਂ 97° 25 ਮਿੰਟ ਪੂਰਬ ਦੇਸ਼ਾਂਤਰ ਤੱਕ ਫੈਲਿਆ ਹੋਇਆ ਹੈ। ਪ੍ਰਸ਼ਨ ਨੰਬਰ 4 ਭਾਰਤ ਨੂੰ ਇੱਕ ਉਪਮਹਾਦੀਪ ਕਿਉਂ ਕਿਹਾ ਜਾਂਦਾ ਹੈ? ਉੱਤਰ ਭਾਰਤ ਇੱਕ ਵੱਡਾ ਦੇਸ਼ ਹੈ ਇਹ ਤਿੰਨ ਪਾਸਿਆਂ ਤੋਂ ਪਾਣੀ ਨਾਲ ਘਿਰਿਆ ਹੋਇਆ ਹੈ ਇਸ ਲਈ ਇਸ ਨੂੰ ਉਪਮਹਾਦੀਪ ਕਿਹਾ ਜਾਂਦਾ ਹੈ। ਬੱਚਿਓ ਮਹਾਦੀਪ ਕਿਸ ਨੂੰ ਕਹਿੰਦੇ ਨੇ ਜਿਹੜਾ ਤਿੰਨ ਪਾਸੇ ਤੋਂ ਪਾਣੀ ਨਾਲ ਘਿਰਿਆ ਹੋਵੇ। ਤੇ ਭਾਰਤ ਵੀ ਤਿੰਨ ਪਾਸੇ ਤੋਂ ਪਾਣੀ ਪਾਣੀ ਨਾਲ ਘਿਰਿਆ ਹੋਇਆ ਇਸ ਕਰਕੇ ਇਸ ਨੂੰ ਉਪਮਹਾਦੀਪ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 5 ਭਾਰਤ ਨੂੰ ਰਾਜਨੀਤਿਕ ਰਾਜਨੀਤਿਕ ਤੌਰ ਤੇ ਕਿੰਨੇ ਰਾਜਾਂ ਅਤੇ ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਿਆ ਹੋਇਆ ਹੈ? ਉੱਤਰ ਭਾਰਤ ਨੂੰ 28 ਰਾਜਾਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਿਆ ਹੋਇਆ ਹੈ। ਬੱਚਿਓ ਇਹ ਗਿਣਤੀ ਹੈ ਜਿਹੜੀ ਇਹ ਤੁਸੀਂ ਦੇਖ ਸਕਦੇ ਹੋ ਸ਼ਾਇਦ 9 ਹੋ ਚੁੱਕੀ ਹੈ ਹੁਣ। ਕਿਉਂਕਿ ਜਿਹੜਾ ਲਦਾਖ ਤੇ ਜੰਮੂ ਇਹ ਦੋ ਬਣੇ ਨੇ ਮਤਲਬ ਪਹਿਲਾਂ 7 ਸੀ ਤਾਂ ਇਹ ਦੋ ਜੁੜ ਕੇ 9 ਹੋ ਗਏ ਕੇਂਦਰ ਸ਼ਾਸਤ ਪ੍ਰਦੇਸ਼ ਤੇ ਪਹਿਲਾਂ ਰਾਜ 28 ਸੀ ਉਸ ਤੋਂ ਬਾਅਦ ਤੇਲੰਗਾਨਾ ਬਣਿਆ ਉਸ ਤੋਂ ਬਾਅਦ ਇਹ 29 ਹੋ ਗਏ ਸੀ ਠੀਕ ਹੈ ਤੇ ਉਸ ਤੋਂ ਬਾਅਦ ਜਿਹੜਾ ਜੰਮੂ ਕਸ਼ਮੀਰ ਸੀ ਉਹ ਰਾਜ ਤੋਂ ਮਤਲਬ ਕੇਂਦਰ ਸ਼ਾਸਤ ਬਣ ਗਿਆ ਤਾਂ ਇਹ ਦੁਬਾਰੇ 28 ਰਹਿ ਗਏ ਤੇ ਬਾਕੀ ਇਹ ਗਿਣਤੀ ਤੁਸੀਂ ਆਪਣੇ ਅਧਿਆਪਕ ਤੋਂ ਪੁੱਛ ਸਕਦੇ ਹੋ ਠੀਕ ਹੈ ਤਾਂ ਚੰਗੀ ਤਰ੍ਹਾਂ ਚੈੱਕ ਕਰਕੇ ਲਿਖਣੀ ਹੈ ਬਾਕੀ ਜੇ ਤੁਹਾਡੀ ਬੁੱਕ ਦੇ ਵਿੱਚ ਜੋ ਵੀ ਲਿਖਿਆ ਹੈ ਉਸ ਨੂੰ ਸਹੀ ਮੰਨਿਆ ਜਾਏਗਾ ਤੁਸੀਂ ਉਸ ਦੇ ਉਸ ਦੇ ਆਧਾਰ ਤੇ ਹੀ ਉੱਤਰ ਦੇਣਾ ਹੈ ਅਗਿਆ ਗਿਆ ਪ੍ਰਸ਼ਨ ਨੰਬਰ 6 ਉਹਨਾਂ ਤਿੰਨ ਸਾਗਰਾਂ ਦੇ ਨਾਮ ਲਿਖੋ ਜਿਨ੍ਹਾਂ ਨੇ ਭਾਰਤੀ ਪ੍ਰਾਯਦੀਪ ਪ੍ਰਾਯਦੀਪ ਨੂੰ ਘੇਰਿਆ ਹੈ ਉੱਤਰ ਨੰਬਰ 1 ਹਿੰਦ ਮਹਾਸਾਗਰ ਨੰਬਰ 2 ਅਰਬ ਸਾਗਰ ਨੰਬਰ 3 ਬੰਗਾਲ ਦੀ ਖਾੜੀ ਖਾਲੀ ਥਾਵਾਂ ਭਰੋ ਨੰਬਰ 1 ਆਕਾਰ ਦੇ ਅਨੁਸਾਰ ਭਾਰਤ ਦਾ ਸਭ ਤੋਂ ਵੱਡਾ ਰਾਜ ਡੈਸ਼ ਹੈ ਕਿਹੜਾ ਬੱਚਿਓ ਰਾਜਸਥਾਨ ਨੰਬਰ 2 ਡੈਸ਼ ਭਾਰਤ ਦਾ ਸਭ ਤੋਂ ਛੋਟਾ ਰਾਜ ਹੈ ਗੋਆ ਨੰਬਰ 3 ਇੰਦਰਾ ਪੁਆਇੰਟ ਭਾਰਤ ਦੇ ਬਿਲਕੁਲ ਡੈਸ਼ ਸਿਰੇ ਤੇ ਹੈ ਦੱਖਣੀ ਨੰਬਰ 4 ਕਸ਼ਮੀਰ ਤੋਂ ਡੈਸ਼ ਤੱਕ ਭਾਰਤ ਇੱਕ ਹੈ ਕੰਨਿਆ ਕੁਮਾਰੀ ਨੰਬਰ 5 ਅਰੁਣਾਚਲ ਪ੍ਰਦੇਸ਼ ਭਾਰਤ ਦੇ ਡੈਸ਼ ਭਾਗ ਵਿੱਚ ਹੈ ਪੂਰਬੀ ਹੇਠ ਲਿਖੇ ਸ਼ਬਦਾਂ ਦਾ ਸਹੀ ਮਿਲਾਨ ਕਰੋ ਨੰਬਰ 1 ਅੰਡੇਵਾਨ ਨਿਕੋਬਾਰ ਇਹ ਬੱਚਿਓ ਪਾੜ ਦਾ ਦੀਪ ਸਮੂਹ ਇਹ ਬੱਚਿਓ ਇੱਥੇ ਉੱਤਰ ਲਿਖੇ ਹੋਏ ਨੇ ਕੇਵਲ ਠੀਕ ਹੈ ਮਿਲਾਂ ਉਹ ਸਾਡੀ ਪੁਸਤਕ ਦੇ ਵਿੱਚ ਨੇ ਇੱਥੇ ਸਿਰਫ ਸਿਰਫ ਉੱਤਰ ਦਿੱਤੇ ਹੋਏ ਨੇ ਸ਼੍ਰੀਲੰਕਾ ਤੇ ਤੇ ਵਿਚ ਦੇਸ਼ ਹੈ ਜਿਹੜਾ ਆਪਣਾ ਸਮੁੰਦਰੀ ਹੱਦ ਨਾਲ ਜੁੜਿਆ ਹੋਇਆ ਦੇਸ਼ ਹੈ ਠੀਕ ਹੈ ਮਿਆਂਮਾਰ ਇਹ ਸਾਡਾ ਪੂਰਬੀ ਗੁਆੰਡੀ ਦੇਸ਼ ਹੈ ਅਫਗਾਨਿਸਤਾਨ ਇਹ ਉੱਤਰ ਦੇ ਵੱਲ ਗੁਆੰਡੀ ਦੇਸ਼ ਹੈ ਇਸ ਤਰ੍ਹਾਂ ਬੱਚਿਓ ਇਸ ਪਾੜ ਦੇ ਪ੍ਰਸ਼ਨ ਉੱਤਰ ਕੰਪਲੀਟ ਹੋ ਗਏ ਨੇ ਤੇ ਬਾਕੀ ਪਾਠਾਂ ਦੇ ਪ੍ਰਸ਼ਨ ਉੱਤਰ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਕਰ ਸਕਦੇ ਹੋ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਚੈਨਲ ਤੇ ਪਾਈ ਹੋਏ ਨੇ ਤੇ ਪਲੇਲਿਸਟ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗੇ ਧੰਨਵਾਦ